ਹੈਲੋ ਦੋਸਤੋ, ਅੱਜ ਜੋ ਆਪਣਾ ਸਕਾਲਰਸ਼ਿਪ ਦਾ 10th ਦਾ PSTSC ਦਾ ਪੇਪਰ ਹੋਇਆ, ਉਸ ਦੇ ਮੈਥ ਦੇ ਸੋਲਿਊਸ਼ਨ ਕੀ ਦੀ ਗੱਲ ਕਰ ਰਹੇ ਹਾਂ। ਉਮੀਦ ਕਰਦਾ ਪੇਪਰ ਬਹੁਤ ਵਧੀਆ ਹੋਇਆ ਹੋਣਾ ਹੈ। ਅੱਜ ਆਪਾਂ ਉਹਦੇ ਆਂਸਰ ਦੇਖੀਏ। ਪਹਿਲਾ ਕੁਸ਼ਚਨ 5.3 ਬਾਰ, ਇਹ ਇੱਕ ਪ੍ਰਮੇਯ ਸੰਖਿਆ ਹੈ, ਰੈਸ਼ਨਲ ਹੈ, ਕਿਉਂਕਿ ਇਹਨੂੰ ਆਪਾਂ P/Q 'ਚ ਰੀਪ੍ਰਜੈਂਟ ਕਰ ਸਕਦੇ ਹਾਂ। ਨੈਕਸਟ, ਅਜਿਹੀ ਸੰਖਿਆ ਪਤਾ ਕਰੋ ਜਿਸ ਦਾ ਵਰਗ ਮੁੱਲ ਉਸ ਦੇ ਘਨ ਮੁੱਲ ਦਾ ਦੁੱਗਣਾ ਹੋਵੇ। ਆ ਵੰਦੀਆ ਸਮੀਕਰਨ, ਦੋਨੇ ਪਾਸੇ ਜਦੋਂ 6 ਪਾਵਰ ਕਰਾਂਗੇ ਤਾਂ ਇਹ ਆ ਜਾਣਾ ਹੈ 64x² ਅਤੇ ਸੋਲਵ ਕਰਕੇ ਐਕਸ ਦੀ ਕੀਮਤ ਕਿੰਨੀ ਆ ਜਾਣੀ ਹੈ? 64 ਆ ਜਾਣੀ ਹੈ। ਹੁਣ ਇਸ ਤੋਂ ਬਾਅਦ ਇਹਨਾਂ ਦੋਹਾਂ ਦੀ ਮਲਟੀਪਲਾਈ ਕਰੀਏ ਤਾਂ ਧਿਆਨ ਨਾਲ ਦੇਖਿਓ, ਫਾਰਮੂਲਾ ਬਣ ਜੂ a³ - b³ ਦਾ, ਤੋਂ x³ - 8 ਆਪਣਾ ਆਂਸਰ ਆ ਜਾਣਾ। ਨੈਕਸਟ ਕਹਿੰਦੇ ਆਹ ਰੇਖਾਵਾਂ ਪੈਰਲ ਦਿੱਤੀਆਂ ਹੋਈਆਂ, ਸਮਾਂਤਰ ਦਿੱਤੀਆਂ, ਤਾਂ x+y ਪਤਾ ਕਰਨਾ ਹੈ। ਹੁਣ ਅਗਰ ਆਹ 47 ਆ, ਆਹ 47 ਇਕਾਂਤਰ ਕੋਣ, ਤਾਂ ਐਕਸ ਆ ਗਿਆ 180 ਦੇ ਵਿੱਚੋਂ 47 ਘਟਾਏ 133 ਡਿਗਰੀ, ਅਤੇ ਵਾਈ ਕਿੰਨਾ ਆ ਗਿਆ 52, ਆਲਟਰਨੇਟ ਐਂਗਲਸ ਹੈ। ਆਪਾਂ x+y ਪਤਾ ਕਰਨਾ, ਦੋਹਾਂ ਨੂੰ ਜੋੜ ਦਾਂਗੇ ਤਾਂ ਆਂਸਰ ਕਿੰਨਾ ਆ ਗਿਆ 185। ਜੇਕਰ ਆਹ ਹੁਣ ਇੱਥੇ ਦੇਖਦੇ 4000 ਜੋ 96 ਹੈ ਉਹ 2 ਦੀ ਘਾਤ 12, ਤਾਂ 2 ਦੀ ਘਾਤ 12 2x √2 ਦੀ 6, ਤਾਂ ਐਕਸ ਕਿੰਨਾ ਆ ਗਿਆ 6 ਆ ਗਿਆ। ਸੇਮ ਜਦੋਂ 21-87 ਦੀ ਗੱਲ ਕਰਾਂਗੇ 3 ਦੀ ਘਾਤ 7 ਹੈ, ਇੱਧਰ y/2 ਬਣ ਜਾਣਾ, ਤਾਂ ਵਾਈ ਕਿੰਨਾ ਆ ਗਿਆ 14, ਅਤੇ ਆਹ 5 ਦੀ ਘਾਤ 5 ਹੈ, ਅਤੇ ਜ਼ੈਡ ਕਿੰਨਾ ਆ ਗਿਆ 5। ਪੂਰੇ ਕੀਮਤਾਂ ਭਰਾਂਗੇ 6 + 14 - 5 15 ਆਂਸਰ ਆਪਣਾ ਆ ਗਿਆ। ਨੈਕਸਟ, 11 ਸੰਖਿਆਵਾਂ ਦਾ ਮੱਧ ਮਾਨ 50 ਹੈ, ਤਾਂ ਟੋਟਲ ਕਿੰਨਾ ਹੋ ਗਿਆ 11 ਸੰਖਿਆਵਾਂ ਦਾ? 550। ਇੱਕ ਨੂੰ ਕੱਢ ਦਿੱਤਾ ਗਿਆ ਅਤੇ ਬਾਕੀ 10 ਦਾ ਮੱਧ ਮਾਨ 48 ਰਹਿ ਗਿਆ, ਤਾਂ ਬਾਕੀ 10 ਦਾ ਟੋਟਲ 480 ਰਹਿ ਗਿਆ, ਤਾਂ ਇਹਦਾ ਮਤਲਬ ਜਿਹੜੀ ਸੰਖਿਆ ਕੱਢੀ ਸੀ ਉਹ ਕਿਹੜੀ ਹੋਊਗੀ? 70 ਹੋਣੀ ਹੈ। ਏ ਇੱਕ ਬਿੰਦੂ ਦੇਤਾ, ਬੀ ਇੱਕ ਬਿੰਦੂ ਦੇਤਾ, ਦੋਹਾਂ ਨੂੰ ਮਿਲਾ ਕੇ ਇੱਕ ਲਾਈਨ ਸੈਗਮੈਂਟ ਬਣਾ ਦਿੱਤੀ, ਕਹਿੰਦੇ ਆ ਕਿਸ ਅਨੁਪਾਤ ਵਿੱਚ ਕੱਟਦਾ ਹੈ? ਆਪਾਂ ਪਹਿਲੇ ਪੁਆਇੰਟ ਦੀ ਗੱਲ ਕਰਾਂਗੇ, -4k + 3/k + 1 ਕ੍ਰੋਸ ਮਲਟੀਪਲਾਈ, ਆਹ ਚੀਜ਼ ਆ ਗਈ, ਤਾਂ ਇਹ ਆ ਗਿਆ 5k = 2, ਤਾਂ k ਆ ਗਿਆ 2/5, 2:5। ਨੈਕਸਟ ਹੈ, ਕਹਿੰਦੇ ਇੱਕ ਸਿਲੰਡਰ ਵੇਲਨ ਅਤੇ ਸ਼ੰਕੂ ਦੇ ਆਧਾਰ ਦਾ ਅਰਧ ਵਿਆਸ ਵੀ ਬਰਾਬਰ ਹੈ, ਉਚਾਈ ਵੀ ਬਰਾਬਰ ਹੈ, ਤੋ ਆਇਤਨ। ਹੁਣ ਵੇਲਨ ਦਾ ਆਇਤਨ ਹੁੰਦਾ ਹੈ π/r² h, ਸ਼ੰਕੂ ਕੋਣ ਦਾ 1/3। ਆਹ ਸਾਰੇ ਸੇਮ ਹੈ, ਕੈਂਸਲ ਹੋ ਗਏ, 3 ਉੱਪਰ ਜਾ ਕੇ ਉਲਟਾ ਹੋ ਗਿਆ, ਆਪਣੇ ਕੋਲ ਆਂਸਰ ਆ ਗਿਆ 3:2। ਹੁਣ ਇੱਥੇ ਦੇਖੋ, ਕਹਿੰਦੇ ABC, ਫਿਲਹਾਲ ਮੈਂ ABC ਦੀ ਕੋਣ ਦੀ ਗੱਲ ਕਰ ਰਿਹਾ, ਕਹਿੰਦੇ ਆਹ ਬਰਾਬਰ ਹੈ, ਆਪਾਂ ਨੂੰ ਪਤਾ ਆਹ ਵੀ ਇਹਦੇ ਕੀ ਹੁੰਦਾ ਬਰਾਬਰ, ਸਪਰਸ਼ ਰੇਖਾਵਾਂ ਬਰਾਬਰ ਹੈ, ਤਾਂ ਇਹਦਾ ਮਤਲਬ ਜਿਹੜੀ ਆਹ ਤਿਕੋਣ ਬਣ ਗਈ, ਇਹ ਇਕੁਲੇਟਰਲ ਟ੍ਰਾਇੰਗਲ ਬਣ ਗਈ, ਸੰਭੁਜੀ ਤਿਕੋਣ ਬਣ ਗਈ, ਜਿਹਦਾ ਆਹ ਕੋਣ ਕਿੰਨੇ ਦਾ ਹੋਊਗਾ? 60 ਦਾ ਹੋਣਾ। ਸਹੀ ਹੋ ਗਿਆ। ਹੁਣ ਉਸ ਤੋਂ ਬਾਅਦ ਮੈਂ ਕੰਪਲੀਟ ਦੀ ਗੱਲ ਕਰ ਰਿਹਾ, OABC ਦੀ। ਆਹ 60 ਹੈ, ਅੱਗੇ ਨਾ ਦੋਹਾਂ ਦਾ ਜੋੜ 180 ਹੁੰਦਾ ਹੈ, ਤਾਂ ਆਹ 120 ਰਹਿ ਗਿਆ, ਪਰ ਆਪਾਂ ਨੂੰ ਇਕੱਲਾ ਇਹ ਕੋਣ ਪੁੱਛੇ, ਉਹਦਾ ਅੱਧ ਹੋ ਗਿਆ, ਤਾਂ ਆਂਸਰ ਕਿੰਨਾ ਆ ਗਿਆ? 60। ਨੈਕਸਟ, ਇੱਥੇ ਆਪਾਂ ਆਈਡੈਂਟੀ ਲਗਾਵਾਂਗੇ a² - b² ਦੀ, a² - b² ਤੋਂ ਇਹ ਹੋ ਗਿਆ a - b, a+b, ਰਾਈਟ ਸਾਈਡ ਉਵੇਂ ਦੀ ਉਵੇਂ ਚੱਲੂਗੀ। ਹੁਣ ਆਹ ਆਈਡੈਂਟੀ ਹੋ ਗਈ 1 ਹੋ ਗਿਆ, ਆਪਾਂ ਨੂੰ ਉਰੇ ਦੇਖੋ ਸਾਈਨ ਨਹੀਂ ਚਾਹੀਦਾ, ਆਪਾਂ ਨੂੰ ਪਤਾ sin²(1 - cos²) ਹੈ, ਤੇ ਜਦੋਂ ਇਹਨੂੰ ਸੋਲਵ ਕਰਾਂਗੇ 2 cos²(-1) ਬਣ ਜੂ, ਤਾਂ ਆਪਣੀ ਸਿਰਫ ਲੈਫਟ ਸਾਈਡ ਸੋਲਵ ਹੋਈ ਹੈ, ਰਾਈਟ ਸਾਈਡ ਤੇ ਕੋਈ ਚੇਂਜ ਨਹੀਂ ਆਇਆ, ਤਾਂ ਆਂਸਰ ਐਜ਼ ਇਟ ਇਜ਼ ਆ ਗਿਆ। ਨੈਕਸਟ ਕਹਿੰਦੇ ਇੱਕ ਪਹੀਏ ਦਾ ਵਿਆਸ 14/11 cm ਹੈ, ਤਾਂ ਰੇਡੀਅਸ ਹੋ ਗਿਆ 7/11 m, 8 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੈ, ਕਹਿੰਦਾ 8000 ਮੀਟਰ ਦੂਰੀ ਤੈਅ ਕਰਨੀ ਹੈ,
ਤਾਂ ਪਹੀਏ ਕਿੰਨੇ ਚੱਕਰ ਲਗਾਏਗਾ, ਰੈਵੋਲਿਊਸ਼ਨ। ਤਾਂ ਰੈਵੋਲਿਊਸ਼ਨ ਦੀ ਗਿਣਤੀ ਬਰਾਬਰ ਤੈਅ ਕੀਤੀ ਦੂਰੀ ਅਪੋਨ ਉਹਦਾ ਘੇਰਾ। ਆਹ ਘੱਟ ਗਿਆ ਦੋ, ਚਾਰ 'ਤੇ ਗਿਆ ਦੋ, ਆਂਸਰ ਕਿੰਨਾ ਆ ਗਿਆ? ਇੱਕ ਜਾਰ ਵਿੱਚ 24 ਬੰਟੇ ਹਨ, ਉਹਨਾਂ ਵਿੱਚੋਂ ਕੁਝ ਹਰੇ ਅਤੇ ਕੁਝ ਨੀਲੇ ਹਨ। ਕਹਿੰਦੇ ਹਰੇ ਦੀ ਜਿਹੜੀ ਪ੍ਰੋਬੇਬਿਲਿਟੀ 2/3 ਹੈ, ਤਾਂ ਕਲੀਅਰ ਹੈ ਨੀਲੇ ਦੀ ਕਿੰਨੀ ਹੋਣੀ ਹੈ, 1/3 ਹੋਣੀ ਹੈ। ਤਾਂ ਇਹਨਾਂ ਦੀ ਆਪਸ ਮਲਟੀਪਲਾਈ ਕਰ ਦਾਂਗੇ ਤਾਂ ਨੀਲੇ ਬੰਟੇ ਕਿੰਨੇ ਹੋਣਗੇ, 8 ਹੋਣਗੇ। ਨੈਕਸਟ, ਆਹ ਬੜਾ ਇੱਕ ਵਧੀਆ ਕੁਸ਼ਚਨ ਪਾਇਆ, ਕਹਿੰਦੇ ਸਾਂਝਾ ਮੂਲ ਪਤਾ ਕਰੋ। ਹੁਣ ਫਿਲਹਾਲ ਆਪਾਂ ਨੂੰ ਨਹੀਂ ਪਤਾ, ਮੰਨ ਲਓ ਐਕਸ ਬਰਾਬਰ ਕੇ ਸਾਂਝਾ ਮੂਲ ਹੈ, ਅਤੇ ਜੇ ਸਾਂਝਾ ਮੂਲ ਹੈ ਤਾਂ ਉਰੇ ਜਦੋਂ ਕੇ ਦੀ ਕੀਮਤ ਭਰਾਂਗੇ ਇਹ 0 ਦੇ ਬਰਾਬਰ ਆਜੂ। ਸੇਮ ਦੂਜੀ ਸਮੀਕਰਨ 'ਚ ਕੇ ਦੀ ਕੀਮਤ ਭਰਾਂਗੇ 0 ਆਜੂ। ਦੋਹਾਂ ਨੂੰ ਮਾਈਨਸ ਕਰ ਦਿਉ, 2k ਪਲੱਸ ਏ ਮਾਈਨਸ ਬੀ ਬਰਾਬਰ ਹੈ 0। ਇੱਥੋਂ ਕੇ ਦੀ ਵੈਲਿਊ ਕੱਢ ਲਓ, ਉਹ ਆਜੂ ਬੀ ਮਾਈਨਸ ਏ ਵਟਾ। ਨੈਕਸਟ ਸਮੀਕਰਨਾਂ ਦਾ ਹੱਲ ਚੈੱਕ ਕਰਨਾ, 2/6 1/3, 3/9 1/3, 12/48 1/4। ਆਹ ਦੋਨੋਂ ਬਰਾਬਰ ਹੈ, ਤੀਜੀ ਬਰਾਬਰ ਨਹੀਂ ਤਾਂ ਕੋਈ ਹੱਲ ਨਹੀਂ, ਨੋ ਸੋਲਿਊਸ਼ਨ ਦੀ ਕੰਡੀਸ਼ਨ ਬਣਦੀ। ਕਹਿੰਦੇ ਕਿਸੇ ਏ ਪੀ ਦਾ 8ਵਾਂ ਪਦ 12 ਹੈ ਅਤੇ 12ਵਾਂ ਪਦ 8 ਹੈ, ਤਾਂ ਦੇਖੋ ਇੱਥੇ ਇੱਕ ਸਿੱਧਾ ਫਾਰਮੂਲਾ ਹੈ, 8 + 12 - 15, ਤਾਂ ਕਿੰਨਾ ਆਂਸਰ ਆ ਜੂ, 5 ਆ ਜੂ। ਅਗਰ ਇੱਕ ਚੱਕਰ ਦੇ ਵਿਆਸ ਵਿੱਚ 20% ਦੀ ਕਮੀ ਹੈ, ਜਦੋਂ ਪ੍ਰਤੀਸ਼ਤ ਹੁੰਦਾ ਹੈ ਅਤੇ ਅਗਰ ਵਿਆਸ 'ਚ 20% ਹੈ ਤਾਂ ਰੇਡੀਅਸ ਵੀ 20% ਘਟੂਗਾ, ਆਪਾਂ ਉਹਦੇ ਵੱਡੀ ਆਰ ਲੈ ਕੇ ਚੱਲਦੇ ਹਾਂ। ਤਾਂ ਜਿਹੜਾ ਏਰੀਆ ਰਹਿ ਗਿਆ ਉਹ 64% ਰਹਿ ਜਾਣਾ, 8 × 8 = 64, ਤਾਂ ਕਮੀ ਕਿੰਨੀ ਰਹਿ ਗਈ, 36%। ਨੈਕਸਟ, 2 × x - y = 64, 2 ਦੀ ਘਾਤ 6, ਤਾਂ x - y 6 ਹੋ ਜਾਣਾ। ਸੇਮ 27 ਬਣ ਜਾਓ, 3 ਦੀ ਘਾਤ 3, 2x + y ਕੀ ਹੋ ਜਾਓ, 3। ਦੋਹਾਂ ਨੂੰ ਜੋੜਾਂਗੇ, ਵਾਈ ਕੈਂਸਲ ਹੋ ਗਿਆ, 3x = 9, ਅਤੇ ਐਕਸ ਕਿੰਨਾ ਆ ਗਿਆ, 3 ਆ ਗਿਆ। ਨੈਕਸਟ ਕੁਸ਼ਚਨ ਹੈ, 2 ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜ 11, ਉਸ ਵਿੱਚ 27 ਜੋੜ ਦਿੱਤੇ ਹਨ। ਦੇਖੋ ਇਹਨੂੰ ਹੱਲ ਕਰਨ ਦਾ ਤਰੀਕਾ ਕੀ ਹੈ, ਆਪਾਂ ਇੱਥੋਂ ਵੀ ਚੈੱਕ ਕਰ ਸਕਦੇ ਹਾਂ, 6 5 11, 8 3 11, 4 7 11, 9 2 11। ਪਹਿਲੀ ਲਾਈਨ ਲਈ 4 ਆਪਸ਼ਨਾਂ ਹੋ ਗਈਆਂ, ਕਹਿੰਦੇ 27 ਜੋੜ ਦਿਉ। ਹੁਣ 65 'ਚ 27 ਜੋੜੋ, 92, ਉਲਟਾ ਨਹੀਂ ਹੁੰਦਾ। 83 'ਚ 27 ਜੋੜਾਂਗੇ, 3 ਅੰਕਾਂ ਦੀ ਬਣਦੀ ਹੈ, ਨਹੀਂ ਹੁੰਦਾ। 27 'ਚ ਜੋੜਾਂਗੇ 74, ਆਹ ਦੇਖੋ ਉਲਟਾ ਹੋ ਗਿਆ, ਤਾਂ ਆਂਸਰ 47 ਆ ਗਿਆ, ਸਿੰਪਲ ਜਿਹਾ ਫੰਡਾ। ਅੱਗੇ ਕਹਿੰਦੇ ਕੋਣ ਬੀ 90 ਹੈ, ਕੋਣ ਸੀ, ਆਹ ਆਪਾਂ ਨੂੰ ਸਮੀਕਰਨਾਂ ਦੇ ਦਿੱਤੀਆਂ। ਹੁਣ ਇੱਥੇ ਸਭ ਤੋਂ ਪਹਿਲਾਂ ਦੇਖੋ, ਚਤੁਰਭੁਜ ਹੈ, ਚਾਰੇ ਕੋਨਾਂ ਦਾ ਜੋੜ 360 ਹੁੰਦਾ ਹੈ, ਆਹ 90 ਹੈ, ਉੱਧਰ ਜਾ ਕੇ ਮਾਈਨਸ ਹੋ ਗਿਆ, 270 ਰਹਿ ਗਿਆ। ਇੱਕ ਆਪਾਂ ਨੂੰ ਆਹ ਦੇ ਰੱਖਿਆ 110, ਅਤੇ ਜਦੋਂ ਦੋਹਾਂ ਨੂੰ ਜੋੜੀਏ, 2 ਕੱਲਾ 10 ਹੈ, 2 × 2 = 280 ਆ ਗਿਆ, ਤਾਂ ਏ ਦਾ ਮਾਪ ਨਿਕਲ ਗਿਆ 140, ਏ ਨਿਕਲ ਗਿਆ, ਬੀ ਆਪਾਂ ਨੂੰ ਦਿੱਤਾ ਹੋਇਆ। ਹੁਣ ਰਹਿ ਗਿਆ ਸੀ ਅਤੇ ਡੀ ਦਾ, ਹੁਣ ਸੀ ਮਾਈਨਸ ਡੀ ਆਪਣੇ ਕੋਲ 60 ਡਿਗਰੀ ਹੈ, ਠੀਕ ਹੋ ਗਿਆ। ਤਾਂ ਆਪਾਂ ਨੂੰ ਇੱਥੇ ਏ ਦਿੱਤਾ ਹੋਇਆ, ਧਿਆਨ ਨਾਲ ਦੇਖੋ, ਏ ਦੀ ਕੀਮਤ ਮੈਂ ਉਹ 140 ਭਰ ਰਿਹਾ, ਤਾਂ ਏ ਇੱਧਰ ਜਾ ਕੇ 10 ਘਟਾ ਹੋ ਜੂ, ਉੱਧਰ ਸੀ ਪਲੱਸ ਡੀ ਹੋ ਜੂ। ਦੋਹਾਂ ਨੂੰ ਜੋੜੀਏ, 2 c = 190, ਤਾਂ ਸੀ 95 ਆ ਗਿਆ, ਡੀ ਆਪਾਂ ਇੱਥੋਂ ਕੱਢ ਸਕਦੇ ਹਾਂ, ਡੀ ਆ ਗਿਆ 130 - 95 = 35। ਇਹਨਾਂ ਨੇ ਕੀ ਕਿਹਾ, ਸਭ ਤੋਂ ਛੋਟਾ ਕੋਣ ਦੇਖ ਲਓ ਕਿਹੜਾ ਹੋਊਗਾ, ਡੀ ਹੋਊਗਾ, 35 ਡਿਗਰੀ। ਠੀਕ, ਲਾਸਟ ਕੁਸ਼ਚਨ ਹੈ, ਡਾਇਗਰਾਮ ਦਿੱਤੀ ਹੋਈ ਹੈ, ਬੜਾ ਵਧੀਆ ਕੁਸ਼ਚਨ ਹੈ, ਦੇਖੋ ਧਿਆਨ ਨਾਲ। ਆਪਾਂ ਨੂੰ ਕੀ ਕਿਹਾ ਇਹਨਾਂ ਨੇ, ਕਹਿੰਦੇ ਆ ਇਹਦੇ ਪੈਰਲਲ ਹੈ, ਇਹਦੇ ਪੈਰਲਲ ਹੈ, 90 ਡਿਗਰੀ ਹੈ, ਤਾਂ ਕਲੀਅਰ ਹੈ ਚਾਰੇ ਕੋਣ 90 ਹੋਣਗੇ।
ਅਗਰ ਆਹ 90 ਹੈ ਤਾਂ ਆਹ ਵੀ 90 ਹੋਊਗਾ। ਸਿਖਰ ਸਨਮੁਖ ਕੋਣ ਵਰਟੀਕਲੀ ਓਪੋਜ਼ਿਟ। ਹੁਣ ਇੱਕ ਤਿਕੋਣ ਆ ਗਈ, ਆਹ 50 ਆ 90 ਹੈ, ਆਹ ਹੋ ਗਿਆ 180 ਮਾਈਨਸ 50 ਪਲੱਸ 90, 40 ਡਿਗਰੀ ਆਪਣਾ ਆਨਸਰ ਆ ਜਾਣਾ। ਤਾਂ ਦੋਸਤੋ ਇਹ ਸੀ ਆਪਣੇ ਮੈਥ ਦੀ ਸੋਲਿਊਸ਼ਨ ਕੀ। ਕਮੈਂਟ ਬਾਕਸ 'ਚ ਤੁਹਾਡੇ ਕਿੰਨੇ ਕੁਸ਼ਚਨ ਠੀਕ ਹੈ ਜ਼ਰੂਰ ਦੱਸਿਓ। ਥੈਂਕ ਯੂ।